ਗਿਆ ਸੀਗਾ ਤੇ 2 ਦਿਨ ਦਾ ਰਿਮਾਂਡ 24 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਕੋਰਟ ਦੇ ਵਿੱਚ ਕੀ ਉਹਨਾਂ ਨੇ ਤਾਂ ਸਿਰਫ ਅੱਜ ਮੈਡੀਕਲ ਗਰਾਊਂਡ ਤੇ ਪੁੱਛ ਦੱਸਤਾ ਕੁਝ ਰਹੀ ਨਹੀਂ ਸੀ ਉਹ ਕਹਿੰਦੇ ਮੈਡੀਕਲੀ ਅਨਫਿਟ ਹੋਣ ਕਰਕੇ ਅਸੀਂ ਪੁੱਛ ਨਹੀਂ ਸਕੇ ਤੇ ਉਹਦੀ ਕੋਈ ਉਹਨਾਂ ਨੇ ਤੱਥ ਨਹੀਂ ਪੇਸ਼ ਕੀਤੇ ਤੇ ਸਿਰਫ ਉਹਨਾਂ ਨੇ ਜਿਹੜਾ ਹੈਗਾ 2 ਦਿਨਾਂ ਦਾ 3 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ 2 ਦਿਨ ਦਾ ਇਹਨਾਂ ਨੂੰ ਦਿੱਤਾ 24 ਤਰੀਕ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕਰਨਾ ਕਿੰਨਾ ਟਾਈਮ ਬਹਿਸ ਚੱਲੀ ਆ ਔਰ ਬਚਾਅ ਪੱਖ ਵੱਲੋਂ ਕਿਹੜੇ ਜਿਹੜੇ ਅੱਜ ਅਸੀਂ ਤਾਂ ਇਹ ਕਿਹਾ ਵੀ ਜੋ ਇਹਨਾਂ ਦੀ ਤਫਤੀਸ਼ ਸੀ ਅਸੀਂ 11 ਵਾਰ ਪੇਸ਼ ਹੋ ਚੁੱਕੇ ਆ ਤੇ 11 ਵਾਰ ਅਸੀਂ ਜੋ ਡਾਕੂਮੈਂਟ ਇਹਨਾਂ ਨੇ ਮੰਗੇ ਉਹ ਅਸੀਂ ਸਾਰੇ ਪ੍ਰੋਵਾਈਡ ਕਰਵਾ ਦਿੱਤੇ ਆ ਤੇ ਹੋਰ ਸਾਡੇ ਤੋਂ ਕੁਝ ਵੀ ਪੁੱਛਣਾ ਨਹੀਂ ਸਾਡਾ ਪਬਲਿਕ ਡਾਕੂਮੈਂਟ ਆ ਸਾਰੇ ਜੋ ਅਸੀਂ ਐਫੀਡੇਵਿਟ 2022 ਤੇ 17 ਚ ਫਾਈਲ ਕੀਤਾ ਉਦੋਂ ਬਾਅਦ ਸਾਡੀ ਇਨਕਮ ਚ ਕੁਝ ਵੀ ਨਹੀਂ ਹੈਗਾ ਤੇ ਜੋ ਵੀ ਹੈ ਸਾਡਾ ਉਹ ਇਨਕਮ ਟੈਕਸ ਦੇ ਵਿੱਚ ਅਸੈਸ ਚ ਹੈ ਪ੍ਰੋਪਰਟੀ ਸਾਰੀ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਉਹਦੇ ਉਹ ਤੋਂ ਫਾਲਤੂ ਤੇ ਨਾ ਹੀ ਅੱਜ ਤੱਕ ਇਹਨਾਂ ਨੂੰ ਕੋਈ ਵੀ ਤੱਥ ਨਾ ਕੋਈ ਰਿਕਵਰੀ ਕੁਝ ਵੀ ਨਹੀਂ ਹੋਇਆ ਇਹਨਾਂ ਨੇ ਮਿਹਨਤੀ ਕਰ ਲਈ ਸਾਡੇ ਮਕਾਨ ਦੀ ਕਰ ਲਈ ਜੋ ਇਹਨਾਂ ਨੇ ਕਰਨਾ ਸੀ ਬੈਂਕ ਡਾਕੂਮੈਂਟ ਸਾਰੇ ਇਹਨਾਂ ਕੋਲੇ ਸਬਮਿਟ ਕੀਤੇ ਹੋਏ ਆ ਤੇ ਇਦੋਂ ਬਿਨਾਂ ਹੋਰ ਕੁਝ ਨਹੀਂ ਹੈਗਾ ਸਰਕਾਰ 24 ਤਰੀਕ ਪਈ ਹੈ ਜੀ ਅਗਲੀ 24 ਡੇਟ ਪਈ ਠੀਕ ਉਹ ਕਿਹਾ ਸੀਗਾ ਤੇ 2 ਦਿਨ ਦਾ ਰਿਮਾਂਡ 24 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਕੋਰਟ ਦੇ ਵਿੱਚ ਕੀ ਉਹਨਾਂ ਨੇ ਤਾਂ ਸਿਰਫ ਅੱਜ ਮੈਡੀਕਲ ਗਰਾਊਂਡ ਤੇ ਪੁੱਛ ਦੱਸਤਾ ਕੁਝ ਰਹੀ ਨਹੀਂ ਸੀ ਉਹ ਕਹਿੰਦੇ ਮੈਡੀਕਲੀ ਅਨਫਿਟ ਹੋਣ ਕਰਕੇ ਅਸੀਂ ਪੁੱਛ ਨਹੀਂ ਸਕੇ ਤੇ ਉਹਦੀ ਕੋਈ ਉਹਨਾਂ ਨੇ ਤੱਥ ਨਹੀਂ ਪੇਸ਼ ਕੀਤੇ ਤੇ ਸਿਰਫ ਉਹਨਾਂ ਨੇ ਜਿਹੜਾ ਹੈਗਾ 2 ਦਿਨਾਂ ਦਾ 3 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ 2 ਦਿਨ ਦਾ ਇਹਨਾਂ ਨੂੰ ਦਿੱਤਾ 24 ਤਰੀਕ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕਰਨਾ ਕਿੰਨਾ ਟਾਈਮ ਬਹਿਸ ਚੱਲੀ ਆ ਔਰ ਬਚਾਅ ਪੱਖ ਵੱਲੋਂ ਕਿਹੜੇ ਜਿਹੜੇ ਅੱਜ ਅਸੀਂ ਤਾਂ ਇਹ ਕਿਹਾ ਵੀ ਜੋ ਇਹਨਾਂ ਦੀ ਤਫਤੀਸ਼ ਸੀ ਅਸੀਂ 11 ਵਾਰ ਪੇਸ਼ ਹੋ ਚੁੱਕੇ ਆ ਤੇ 11 ਵਾਰ ਅਸੀਂ ਜੋ ਡਾਕੂਮੈਂਟ ਇਹਨਾਂ ਨੇ ਮੰਗੇ ਉਹ ਅਸੀਂ ਸਾਰੇ ਪ੍ਰੋਵਾਈਡ ਕਰਵਾ ਦਿੱਤੇ ਆ ਤੇ ਹੋਰ ਸਾਡੇ ਤੋਂ ਕੁਝ ਵੀ ਪੁੱਛਣਾ ਨਹੀਂ ਸਾਡਾ ਪਬਲਿਕ ਡਾਕੂਮੈਂਟ ਆ ਸਾਰੇ ਜੋ ਅਸੀਂ ਐਫੀਡੇਵਿਟ 2022 ਤੇ 17 ਚ ਫਾਈਲ ਕੀਤਾ ਉਦੋਂ ਬਾਅਦ ਸਾਡੀ ਇਨਕਮ ਚ ਕੁਝ ਵੀ ਨਹੀਂ ਹੈਗਾ ਤੇ ਜੋ ਵੀ ਹੈ ਸਾਡਾ ਉਹ ਇਨਕਮ ਟੈਕਸ ਦੇ ਵਿੱਚ ਅਸੈਸ ਚ ਹੈ ਪ੍ਰੋਪਰਟੀ ਸਾਰੀ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਉਹਦੇ ਉਹ ਤੋਂ ਫਾਲਤੂ ਤੇ ਨਾ ਹੀ ਅੱਜ ਤੱਕ ਇਹਨਾਂ ਨੂੰ ਕੋਈ ਵੀ ਤੱਥ ਨਾ ਕੋਈ ਰਿਕਵਰੀ ਕੁਝ ਵੀ ਨਹੀਂ ਹੋਇਆ ਇਹਨਾਂ ਨੇ ਮਿਹਨਤੀ ਕਰ ਲਈ ਸਾਡੇ ਮਕਾਨ ਦੀ ਕਰ ਲਈ ਜੋ ਇਹਨਾਂ ਨੇ ਕਰਨਾ ਸੀ ਬੈਂਕ ਡਾਕੂਮੈਂਟ ਸਾਰੇ ਇਹਨਾਂ ਕੋਲੇ ਸਬਮਿਟ ਕੀਤੇ ਹੋਏ ਆ ਤੇ ਇਦੋਂ ਬਿਨਾਂ ਹੋਰ ਕੁਝ ਨਹੀਂ ਹੈਗਾ ਸਰਕਾਰ 24 ਤਰੀਕ ਪਈ ਹੈ ਜੀ ਅਗਲੀ 24 ਡੇਟ ਪਈ ਠੀਕ ਉਹ ਕਿਹਾ ਸੀਗਾ ਤੇ 2 ਦਿਨ ਦਾ ਰਿਮਾਂਡ 24 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਕੋਰਟ ਦੇ ਵਿੱਚ ਕੀ ਉਹਨਾਂ ਨੇ ਤਾਂ ਸਿਰਫ ਅੱਜ ਮੈਡੀਕਲ ਗਰਾਊਂਡ ਤੇ ਪੁੱਛ ਦੱਸਤਾ ਕੁਝ ਰਹੀ ਨਹੀਂ ਸੀ ਉਹ ਕਹਿੰਦੇ ਮੈਡੀਕਲੀ ਅਨਫਿਟ ਹੋਣ ਕਰਕੇ ਅਸੀਂ ਪੁੱਛ ਨਹੀਂ ਸਕੇ ਤੇ ਉਹਦੀ ਕੋਈ ਉਹਨਾਂ ਨੇ ਤੱਥ ਨਹੀਂ ਪੇਸ਼ ਕੀਤੇ ਤੇ ਸਿਰਫ ਉਹਨਾਂ ਨੇ ਜਿਹੜਾ ਹੈਗਾ 2 ਦਿਨਾਂ ਦਾ 3 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ 2 ਦਿਨ ਦਾ ਇਹਨਾਂ ਨੂੰ ਦਿੱਤਾ 24 ਤਰੀਕ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕਰਨਾ ਕਿੰਨਾ ਟਾਈਮ ਬਹਿਸ ਚੱਲੀ ਆ ਔਰ ਬਚਾਅ ਪੱਖ ਵੱਲੋਂ ਕਿਹੜੇ ਜਿਹੜੇ ਅੱਜ ਅਸੀਂ ਤਾਂ ਇਹ ਕਿਹਾ ਵੀ ਜੋ ਇਹਨਾਂ ਦੀ ਤਫਤੀਸ਼ ਸੀ ਅਸੀਂ 11 ਵਾਰ ਪੇਸ਼ ਹੋ ਚੁੱਕੇ ਆ ਤੇ 11 ਵਾਰ ਅਸੀਂ ਜੋ ਡਾਕੂਮੈਂਟ ਇਹਨਾਂ ਨੇ ਮੰਗੇ ਉਹ ਅਸੀਂ ਸਾਰੇ ਪ੍ਰੋਵਾਈਡ ਕਰਵਾ ਦਿੱਤੇ ਆ ਤੇ ਹੋਰ ਸਾਡੇ ਤੋਂ ਕੁਝ ਵੀ ਪੁੱਛਣਾ ਨਹੀਂ ਸਾਡਾ ਪਬਲਿਕ ਡਾਕੂਮੈਂਟ ਆ ਸਾਰੇ ਜੋ ਅਸੀਂ ਐਫੀਡੇਵਿਟ 2022 ਤੇ 17 ਚ ਫਾਈਲ ਕੀਤਾ ਉਦੋਂ ਬਾਅਦ ਸਾਡੀ ਇਨਕਮ ਚ ਕੁਝ ਵੀ ਨਹੀਂ ਹੈਗਾ ਤੇ ਜੋ ਵੀ ਹੈ ਸਾਡਾ ਉਹ ਇਨਕਮ ਟੈਕਸ ਦੇ ਵਿੱਚ ਅਸੈਸ ਚ ਹੈ ਪ੍ਰੋਪਰਟੀ ਸਾਰੀ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਉਹਦੇ ਉਹ ਤੋਂ ਫਾਲਤੂ ਤੇ ਨਾ ਹੀ ਅੱਜ ਤੱਕ ਇਹਨਾਂ ਨੂੰ ਕੋਈ ਵੀ ਤੱਥ ਨਾ ਕੋਈ ਰਿਕਵਰੀ ਕੁਝ ਵੀ ਨਹੀਂ ਹੋਇਆ ਇਹਨਾਂ ਨੇ ਮਿਹਨਤੀ ਕਰ ਲਈ ਸਾਡੇ ਮਕਾਨ ਦੀ ਕਰ ਲਈ ਜੋ ਇਹਨਾਂ ਨੇ ਕਰਨਾ ਸੀ ਬੈਂਕ ਡਾਕੂਮੈਂਟ ਸਾਰੇ ਇਹਨਾਂ ਕੋਲੇ ਸਬਮਿਟ ਕੀਤੇ ਹੋਏ ਆ ਤੇ ਇਦੋਂ ਬਿਨਾਂ ਹੋਰ ਕੁਝ ਨਹੀਂ ਹੈਗਾ ਸਰਕਾਰ 24 ਤਰੀਕ ਪਈ ਹੈ ਜੀ ਅਗਲੀ 24 ਡੇਟ ਪਈ ਠੀਕ ਓਕੇ।